ਬੀਤੇ ਦਿਨ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸ਼੍ਰੀ ਰਾਜੀਵ ਗਾਂਧੀ ਦੇ ਬੁੱਤ ਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਰਾਰਤੀ ਜੁਬਾ ਆਗੂਆਂ ਵੱਲੋਂ ਘਨੌਣੀ ਹਰਕਤ ਕਰਦੇ ਹੋਏ ਕਾਲਕ ਪੋਚੇ ਜਾਣ ਤੇ ਕਾਂਗਰਸੀ ਆਗੂਆਂ 'ਚ ਰੋਸ ਪਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਵਾਰਡ ਨੰਬਰ 45 ਦੀ ਕੌਂਸਲਰ ਬਰਜਿੰਦਰ ਕੌਰ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਪੰਜਾਬ ਸਰਕਾਰ ਅਤੇ ਸੰਬੰਧਿਤ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਹੋ ਜਿਹੇ ਸ਼ਰਾਰਤੀ ਅਨਸਰਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਹੋਰ ਐਸੀ ਘਨੌਣੀ ਹਰਕਤ ਨਾ ਕਰ ਸਕੇ। ਇਸ ਮੌਕੇ ਉਹਨਾਂ ਨਾਲ ਵਿਸ਼ੇਸ਼ ਤੌਰ 'ਤੇ ਡਾਕਟਰ ਜਸਮਿੰਦਰ ਸਿੰਘ, ਅਮਨ ਬੱਤਾ, ਸ਼ਸ਼ੀ ਸੂਦ, ਸਿਖਾ ਲੇਖੀ, ਬਰਜਿੰਦਰ ਸਿੰਘ ਕਾਕਾ ਵੀ ਹਾਜ਼ਰ ਸਨ। ਲੁਧਿਆਣਾ ਵਿਖੇ ਸਾਡੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਦੇ ਬੁੱਤ 'ਤੇ ਜਿਹੜੀ ਕੁਝ ਅਕਾਲੀ ਅਨਸਰਾਂ ਵੱਲੋਂ ਕਾਲਕ ਪੋਤੀ ਗਈ ਹੈ, ਇਸ ਦੇ ਵਿੱਚ ਅਸੀਂ ਸਾਰੇ ਮੇਰੇ ਵਾਰਡ ਦੇ ਵੋਟਰ ਸਪੋਟਰ ਸਾਡੇ ਪਾਰਟੀ ਦੇ ਵਰਕਰ ਇਕੱਠੇ ਹੋਏ ਨੇ। ਬਹੁਤ ਹੀ ਸ਼ਰਮਨਾਕ ਗੱਲ ਹੈ, ਇਹਨਾਂ ਨੂੰ ਪਕੜਿਆ ਗਿਆ। ਅਸੀਂ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕਰਦੇ ਹਾਂ ਕਿ ਇਹੋ ਜਿਹੀ ਸਖ਼ਤ ਕਾਰਵਾਈ ਕੀਤੀ ਜਾਵੇ ਕਿ ਤਾਂ ਕਿ ਹੋਰ ਕੋਈ ਇੱਦਾਂ ਦੀ ਹਰਕਤ ਕਰਨ ਤੋਂ ਹਿੰਮਤ ਨਾ ਕਰ ਸਕੇ, ਕਿਉਂਕਿ ਕਾਂਗਰਸ ਪਾਰਟੀ ਇਹੋ ਜਿਹੀ ਪਾਰਟੀ ਕਿ ਜਿਹੜੀ ਕਿਸੇ ਵੀ ਵਰਗ ਨਾਲ ਵਿਤਕਰਾ ਨਹੀਂ ਕਰਦੀ। ਉਹਨਾਂ ਨੇ ਸਭ ਤੋਂ ਪਹਿਲਾਂ ਚਾਹੇ ਰਾਸ਼ਟਰਪਤੀ ਜੀ ਬਣਾਏ, ਚਾਹੇ ਪ੍ਰਧਾਨ ਮੰਤਰੀ ਜੀ ਬਣਾਏ, ਚਾਹੇ ਫੌਜ ਦੇ ਮੁਖੀ ਬਣਾਏ, ਉਹ ਸਿੱਖ ਸਨ। ਔਰ ਪੰਜਾਬੀਆਂ ਲਈ ਹੋਰ ਵੀ ਸ਼ਰਮਨਾਕ ਗੱਲ ਹੋ ਜਾਂਦੀ ਹੈ ਕਿ ਉਹ ਖੁਦ ਸਿੱਖ ਨੇ ਜਿਨ੍ਹਾਂ ਨੇ ਇਹੋ ਜਿਹੀ ਮਾੜੀ ਹਰਕਤ ਕੀਤੀ ਹੈ, ਤਾਂ ਅਸੀਂ ਕਹਿੰਦੇ ਕਿ ਇਹਨਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਔਰ ਅਕਾਲੀ ਪਾਰਟੀ ਜਿਹੜੀ ਕਿ ਉਹਨਾਂ ਦੇ ਸਮਰਥਨ ਵਿੱਚ ਉਤਰੀ ਹੈ, ਉਹ ਖੁਦ ਸਿੱਖਾਂ ਦੀ ਪਾਰਟੀ, ਆਪਣੇ ਨੂੰ ਸਿੱਖ ਪੰਥ ਦੇ ਮੋਢੀ ਕਹਾਉਂਦੇ ਨੇ ਔਰ ਪੰਜਾਬੀ ਕਹਾਉਂਦੇ ਨੇ, ਉਹਨਾਂ ਨੂੰ ਵੀ ਇਹ ਕੰਮ ਉਹਨਾਂ ਦੇ ਸਮਰਥਨ ਵਿੱਚ ਆਵਾਜ਼ ਨਹੀਂ ਉਠਾਉਣੀ ਚਾਹੀਦੀ। ਉਹਨਾਂ ਨੂੰ ਪੰਜਾਬ ਦੇ ਨਾਲ ਰਲ ਕੇ ਚੱਲਣਾ ਚਾਹੀਦਾ, ਆਮ ਜਨਤਾ ਦੇ ਨਾਲ ਰਲ ਕੇ ਚੱਲਣਾ ਚਾਹੀਦਾ, ਕਿਉਂਕਿ ਜਿਹੜੇ ਇਹ ਮਸਲੇ ਨੇ, ਇਹ ਜੇ ਗਲਤ ਜਿਹੜੀਆਂ ਹਰਕਤਾਂ ਕਰਦੇ ਨੇ, ਗਲਤ ਅਨਸਰ ਇਹੋ ਜਿਹੀ ਹਰਕਤਾਂ ਕਰਦੇ ਨੇ, ਇਹ ਉਹਨਾਂ ਦੇ ਇਕੱਲਿਆਂ ਦੀ ਪਾਰਟੀ ਦੇ ਮੁੱਦਾ ਨਹੀਂ ਹੈਗਾ, ਇਹ ਸਾਂਝਾ ਮੁੱਦਾ, ਆਮ ਜਨਤਾ ਦਾ ਮੁੱਦਾ। ਉਹਨਾਂ ਨੂੰ ਕਿਸੇ ਵੀ ਗਲਤ ਕੰਮ ਦੇ ਵਿੱਚ ਆਪਣੇ ਗਲਤ ਸਾਥੀਆਂ ਦਾ ਜਾਂ ਗਲਤ ਲੀਡਰਾਂ ਦਾ ਜਾਂ ਗਲਤ ਵਰਕਰਾਂ ਦਾ ਸਾਥ ਨਹੀਂ ਦੇਣਾ ਚਾਹੀਦਾ। ਉਹਨਾਂ ਨੂੰ ਪੰਜਾਬ ਦਾ ਸਾਥ ਦੇਣਾ ਚਾਹੀਦਾ, ਸਮਾਜ ਦਾ ਸਾਥ ਦੇਣਾ ਚਾਹੀਦਾ, ਦੇਸ਼ ਦਾ ਸਾਥ ਦੇਣਾ ਚਾਹੀਦਾ, ਤਾਂ ਕਿ ਕੋਈ ਇੱਦੂ ਅੱਗੇ ਗਲਤ ਹਰਕਤ ਨਾ ਕਰ ਸਕੇ। ਅਸੀਂ ਕਾਂਗਰਸ ਪਾਰਟੀ ਦੇ ਹੋਣ ਦੇ ਨਾਤੇ, ਵਰਕਰ ਹੋਣ ਦੇ ਨਾਤੇ, ਸਾਰੇ ਮੇਰੇ ਜਿਹੜੇ ਵੋਟਰ ਸਪੋਟਰ ਨਾਲ ਖੜੇ ਨੇ, ਫਿਰ ਤੋਂ ਪੁਰਜ਼ੋਰ ਮੰਗ ਕਰਦੇ ਹਾਂ ਕਿ ਇਹਨਾਂ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਕਮਲਪ੍ਰੀਤ ਗਰਚਾ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।